ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਿੱਤਰ ਤੇ ਯਾਰ ਸੰਦੀਪ ਸਿੰਘ ਅੱਜ ਇੱਕ ਹੋਰ ਇੱਕ ਨਵਾਂ ਵਲੌਗ ਲੈ ਕੇ ਆ ਰਹੇ ਹਾਂ ਅੱਜ ਅਸੀਂ ਆਏ ਹੋਏ ਹਾਂ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਅਤੇ ਅੱਜ ਅਸੀਂ ਹਰਿਮੰਦਰ ਸਾਹਿਬ ਜਾਣਾ ਹੈ ਜੀ ਆਪਾਂ ਅੰਮ੍ਰਿਤਸਰ ਦੀ ਦਹਿਲੀਜ਼ 'ਤੇ ਹੀ ਖੜ੍ਹੇ ਹਾਂ ਜੀ ਦੇਖੋ ਸਾਹਮਣੇ ਗੇਟ ਹੈ ਜੀ ਅੰਮ੍ਰਿਤਸਰ ਦੀ ਸਟਾਰਟਿੰਗ ਦਾ ਅਤੇ ਅੱਜ ਆਪਾਂ ਅੰਮ੍ਰਿਤਸਰ ਮੱਥਾ ਟੇਕਾਂਗੇ ਅਤੇ ਨਾਲ ਪ੍ਰਸ਼ਾਦਾ ਵੀ ਛਕਾਂਗੇ ਅਤੇ ਲੰਗਰ ਵੀ ਛਕਾਂਗੇ ਅਤੇ ਤੁਹਾਨੂੰ ਅੰਮ੍ਰਿਤਸਰ ਵੀ ਘੁਮਾਵਾਂਗੇ ਅੰਮ੍ਰਿਤਸਰ ਸੀਰੀਜ਼ ਦਾ ਪਹਿਲਾ ਦਿਨ ਹੈ ਜੀ ਅੱਜ ਅਤੇ ਜੇ ਅੱਜ ਸਾਨੂੰ ਮੌਕਾ ਮਿਲਿਆ ਤਾਂ ਅੱਜ ਅਸੀਂ ਅਟਾਰੀ ਬਾਰਡਰ ਵੀ ਚਲਾਓ ਆਪਾਂ ਤੁਹਾਨੂੰ ਹਰਿਮੰਦਰ ਸਾਹਿਬ ਲੈ ਚੱਲੀਏ ਸੋ ਜੀ ਆਇਆ ਜੀ ਦਰਬਾਰ ਸਾਹਿਬ ਦੀ ਨਵੀਂ ਬਣੀ ਹੋਈ ਰੋਡ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਲੱਗਿਆ ਹੋਇਆ ਆਪਾਂ ਇਹ ਵੀ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਇੰਟਰਨਲ ਲੁੱਕ ਦੇਖੋ ਜੀ ਇੱਥੇ ਦੀ ਕਾਫੀ ਵਧੀਆ ਇਹਨਾਂ ਨੇ ਚਿੱਤਰਕਾਰੀ ਬਣਾਤੀ ਹੋਈ ਆ ਕਾਫੀ ਵਧੀਆ ਇਹਨਾਂ ਨੇ ਲੁੱਕ ਬਣਾਤੀ ਹੋਈ ਆ ਪਹਿਲਾਂ ਸਟਰੀਟ ਦੀ ਜਿਹੜੇ ਵੀਰ ਪਹਿਲਾਂ ਆਉਂਦੇ ਸੀ ਉਹਨਾਂ ਨੂੰ ਪਤਾ ਕਿ ਇੱਥੇ ਸਟਰੀਟ ਕਾਫੀ ਖਰਾਬ ਸੀਗੀ ਪਹਿਲਾਂ ਪਰ ਹੁਣ ਸਾਰਿਆਂ ਦੀ ਲੁੱਕ ਸੇਮ ਕਰਤੀ ਹੋਈ ਲਓ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਮੈਕਡੀ ਇਹ ਜਲਿਆ ਵਾਲੇ ਬਾਗ ਦੇ ਲਈ ਸੁਵੀਨੀਅਰ ਬਣਾਇਆ ਗਿਆ ਇੱਥੇ ਸੋ ਜਲਿਆ ਵਾਲਾ ਬਾਗ ਜੀ ਬੰਦ ਪਿਆ ਆ ਅਤੇ ਜੇ ਖੁੱਲ੍ਹਾ ਹੁੰਦਾ ਤਾਂ ਆਪਾਂ ਜ਼ਰੂਰ ਦੇਖਦੇ ਲਓ ਜੀ ਰਸ਼ ਵੇਖੋ ਸੰਡੇ ਐਤਵਾਰ ਦਾ ਦਿਨ ਆ ਅੱਜ ਅਤੇ ਅੱਜ ਰਸ਼ ਜ਼ਿਆਦਾ ਹੁੰਦਾ ਨੋਰਮਲ ਡੇਜ਼ ਤੋਂ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਲਓ ਜੀ ਘੰਟਾਘਰ ਮਾਰਕੀਟ ਵੀ ਹੈਗੀ ਇੱਥੇ ਜੀ ਸ਼ੋਪਿੰਗ ਕੰਪਲੈਕਸ ਬਣਾਇਆ ਹੋਇਆ ਨਵੀਂ ਲੁੱਕ ਵਾਕਈ ਕਾਫੀ ਔਸਮ ਹੈ ਲਓ ਜੀ ਜੋੜਾ ਘਰ ਆ ਗਿਆ ਆਪਾਂ ਜੋੜਾ ਘਰ ਆਪਣੇ ਬੂਟ ਵਗੈਰਾ ਜਮ੍ਹਾਂ ਕਰਾਉਂਦੇ ਹਾਂ ਅਤੇ ਚੱਲਦੇ ਹਾਂ ਅੱਗੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਥੇ ਜੀ ਚਾਰ ਦੀਵਾਰ ਨੇ ਚਾਰੋਂ ਦੀਵਾਰ ਓਪਨ ਨੇ ਚਾਰਾਂ ਦੀਵਾਰਾਂ ਦੇ ਕੋਰਨਰਾਂ ਦੇ ਉੱਤੇ ਪਾਣੀ ਪੀਣ ਦੇ ਲਈ ਥਾਂ ਬਣਾਈ ਹੋਈ ਹੈ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸੰਤ ਸੂਫੀ ਮੀਆਂ ਮੀਰ ਜੀ ਨੇ ਰੱਖੀ ਸੀ ਇੱਥੇ ਹਰ ਧਰਮ ਦੇ ਬੰਦੇ ਆ ਸਕਦੇ ਨੇ ਜਿਹੜੇ ਮਰਜ਼ੀ ਧਰਮ ਹੋਵੇ ਜੀ ਸਾਰਿਆਂ ਦੇ ਨਾਲ ਬੈਠ ਕੇ ਲੰਗਰ ਹਾਲ ਦੇ ਵਿੱਚ ਸਭ ਪ੍ਰਸ਼ਾਦਾ ਛਕਦੇ ਨੇ ਲਓ ਜੀ ਦੁੱਖ ਭੰਜਣੀ ਸਾਹਿਬ ਆ ਗਿਆ ਇੱਥੇ ਦੀ ਪ੍ਰਥਾ ਮਾਨਤਾ ਇਹ ਹੈ ਜੀ ਕਿ ਇੱਥੇ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਨੇ ਅਤੇ ਇੱਕ ਵਾਰ ਆ ਕੇ ਇਸ਼ਨਾਨ ਜ਼ਰੂਰ ਕਰੋ ਲਓ ਜੀ ਲੰਗਰ ਹਾਲ ਆ ਗਏ ਹਾਂ ਲਓ ਜੀ ਇਹਦਾ ਲੰਗਰ ਹਾਲ ਹੈ ਲਓ ਜੀ ਜਿਹਨੇ ਜਲ ਛਕਣਾ ਹੋਵੇ ਇੱਥੇ ਆ ਸਕਦਾ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਬਾਰੇ ਦੱਸਿਆ ਗਿਆ ਜੀ ਇੱਥੇ
इत्थे जी गठड़ी घर भी हैगा, तुसी गिले कपड़े वगैरह अपने इत्थे रख सकते हो। सरोवर च स्नान करन तो बाद कड़ाह प्रसाद लीजिए, लाइना काउंटर तो पर्ची लैके तुसी कड़ाह प्रसाद लै सकते हो जी। लो जी रागी सिंह निशान साहब जी तेरे भाने सरबत दा भला। तो तुसी लाइना देखो जी, जी अज दा प्रमाण तक लाइना लगियां जी। ये सारा जी वाइट मार्बल लग्या होया जी, ते गुरुद्वारा साहब ते 22 कैरेट गोल्ड लग्या होया जी। फिश देखो जी, बेर बाबा बुढ़ा साहब जी, सो बाहर आ गए हैं यार गुरुद्वारा साहब तो, ते अंदर मत्था टेक के बहुत वधिया लगी। मार्केट देखांगे ते खा के भी देखांगे कुछ इत्थे दे जड़े मशहूर ने अपने अमृतसरी कुलचे, वह भी एक बार ट्राई करांगे। ते अज गुरुद्वारा साहब दर्शन करके बहुत वधिया लगे। सो इदां ही मेरे चैनल नाल जुड़े रहो, लाइक करो, शेयर करो, सबसक्राइब करो, ते इदां ही अपनी फैमिली दे नाल। इत्थे जी फाउंटेन भी लाता होया, रात नूं इत्थे शो चलदा फाउंटेन ते। लो जी तो इतने जी प्राचीन श्री शनिदेव जी का मंदिर भी है बिल्कुल गुरुद्वारे के बिल्कुल सामने। आ देखो मार्केट की रौनक देखो तुम अज एतवार वाले दिन, क्या बात है यार, लुक एट द व्यू गाइस। ये प्रॉपर मार्केट है जी, इतने कुलचे की गली भाई कुलवंत जी कुलचे वाले, रश वेखो कुलचे वाले ऑथेंटिकेटेड कुलचे। लो जी कुल्फी शॉप है, एक बार कुल्फी इतने जरूर ट्राई करांगे। सॉफ्टी शॉप भी हैगी है, सॉफ्टी खाते बहुत दिन हो गए, अज सॉफ्टी ट्राई करते हैं। सब्बे तो जी इतने सांझा सांझा चूल्हा दे आ गए हुए हैं, तो कुलचा वगैरह ने इतने, तो परांठे ने, तो ब्रेवरेजेस ने, तो असी गोभी वाला कुलचा कर लिया जी, तो एक परांठा कर लिया, खा के देखते सांझा चूल्हा दे। कुलचा आ गया जी विद मक्खन के नाल आया, अंबरसरी कुलचा ट्राई करते हैं। ये जी सांझा चूल्हा दे नाल छोले आए, ट्राई करके देख जी। कुलचा गोभी कुलचा क्रिस्पीनैस पूरी है यार, मैं मतलब ना क्रंचीनैस इन्नी है सारी। वाकई लोग कदे कहते अंबरसर के छोले कुलचे जरूर खा के आए, क्रिस्पी दे क्रिस्पी मक्खन दे नाल छोले। आलू वाला पराठा भी दही, स्टफिंग देखो उत्ते। पराठा देखो यार तुसी, आ हा हा गोभी वाला
परांठे भी यार स्टफिंग देखो। इन्हों फॉलो कर सकते हो तुम सांझा चूल्हा अंबरसर, काफ़ी वधिया कुलचा सीगा जी इन्हों का, सरों का साग तो मक्की की रोटी भी मिलती। सांझा चूल्हे दे आपां अज कुलचे खाधे ने, तो कुलचे काफ़ी टेस्टी लगे, स्पैशल गोभी वाला कुलचा बहुत वधिया सी, परौंठे भी अच्छे ने। तो जो भी आओ तुम इतने सांझे चूल्हे एक बार जरूर विजिट करो, तो खा के वेखो किहो जिहे कुलचे तुहानूं लगदे, फिर मैनूं कमेंट करके जरूर दस्सिओ।